ਕਰਦੇ ਨੇ, ਖੁਦਾਰ ਚੱਲਿਆ ਕਰਦੇ ਨੇ। ਸਿਰ ਉੱਚਾ ਕਰਕੇ ਅੰਮ੍ਰਿਤਸਰ ਵਾਲਿਓ, ਤੁਹਾਡੇ ਵਰਗੇ ਮਿਹਨਤੀ ਸਰਦਾਰ ਚੱਲਿਆ ਕਰਦੇ ਨੇ। ਕਦੇ ਸਿਰ ਨੀਵਾਂ ਕਰਕੇ ਨਾ ਚੱਲਿਓ ਮੇਰੇ ਵੀਰੋ, ਸਿਰ ਨੀਵਾਂ ਕਰਕੇ ਤੇ ਮਨਦੀਪ ਸਿੰਘ ਮੰਨੇ ਵਰਗੇ ਬਲੈਕਮੇਲਰ ਗੱਦਾਰ ਚੱਲਿਆ ਕਰਦੇ ਨੇ। ਅੱਜ ਮੈਂ ਜਿਸ ਵਿਸ਼ੇ ਉੱਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਸਾਹਿਬ ਦੇ ਚੇਅਰਮੈਨ ਨੂੰ ਜਿਹੜੇ ਮਿਲਿਆ ਹਾਂ ਕਿ ਮਨਦੀਪ ਸਿੰਘ ਮੰਨੇ ਵੱਲੋਂ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਕਬਜ਼ਾ ਕੀਤਾ ਜਾਂਦਾ, ਇਹ ਦਿਮਾਗ ਦੇ ਵਿੱਚ ਪਾਇਆ ਜਾਂਦਾ ਕਿ ਇਹ ਗ੍ਰੀਨ ਬੈਲਟ ਆ। ਪਹਿਲਾਂ ਤਾਂ ਇਹ ਚੀਜ਼ ਦਾ ਆਪਾਂ ਕਰੈਕਟ ਕਰ ਲਈਏ, ਕੋਈ ਵੀ ਗ੍ਰੀਨ ਬੈਲਟ ਨਹੀਂ ਹੈ। ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਦੇ ਲਾਗੇ ਸਰਕਾਰੀ ਰੋਡ ਉੱਤੇ ਕਬਜ਼ਾ ਕਰਕੇ, ਦੋ ਪਲਾਟ ਇਹਦੇ ਨੇ ਅਤੇ ਜਿਹੜੇ ਆਹ ਸਾਰਾ ਤੁਸੀਂ ਦੇਖੋ, ਆਹ ਇਹਦੇ ਘਰ ਨੇ ਦੋ ਅਤੇ ਦੋ ਪਲਾਟ, ਆਹ ਸਾਰਾ ਏਰੀਆ ਜਿਹੜਾ ਆ ਉਹ ਸਰਕਾਰ ਦੀ ਕਰੀਬ 4 ਕਰੋੜ ਰੁਪਏ ਦੀ ਜਗ੍ਹਾ ਜਿਹੜੀ ਅੱਜ 800 ਗਜ਼, ਅਗਰ 50,000 ਦੇ ਹਿਸਾਬ ਨਾਲ ਵੀ ਗੱਜ ਲਾਈਏ ਰਣਜੀਤ ਐਨੂ ਦੇ ਵਿੱਚ, ਉੱਤੇ ਕਬਜ਼ਾ ਕੀਤਾ ਹੋਇਆ, ਕਬਜ਼ਾ ਕਰਕੇ ਵਲੀ ਹੋਈ ਆ। ਅਤੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਹਾਂ। ਮੈਂ ਇੱਕ ਚਿੱਠੀ ਤੁਹਾਡੇ ਧਿਆਨ 'ਚ ਲਿਆਉਣ ਲੱਗਾ, ਇਹਦਾ ਹਵਾਲਾ ਦਿੰਦਾ ਆ ਇਹ, ਇਹ 2018 ਦੇ ਵਿੱਚ ਲਿਖਦਾ ਆ। ਕੀ ਲਿਖਦਾ ਵਾ ਮੈਂ ਜਰਾ ਪੜ੍ਹ ਕੇ ਸੁਣਾਉਣਾ ਚਾਹੁੰਦਾ ਵਾਂ। ਸੇਵਾ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਾਹਿਬ, ਬੇਨਤੀ ਹੈ ਕਿ ਪਲਾਟ ਨੰਬਰ 871 ਅਤੇ 7297 ਏਕੜ ਸਕੀਮ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਅਸੀਂ ਰੀਸੇਲ 'ਤੇ ਖਰੀਦੀ ਸੀ। ਇਹ ਮੰਨਾ ਲਿਖਦਾ ਪਿਆ ਚੇਅਰਮੈਨ ਸਾਹਿਬ ਨੂੰ, ਸਾਡੇ ਵੱਲੋਂ ਉਕਤ ਪਲਾਟਾਂ ਦਾ ਪ੍ਰੋਪੋਜ਼ ਪਲਾਨ ਨਕਸ਼ਾ ਫੀਸ ਜਮ੍ਹਾਂ ਕਰਾਉਣ ਉਪਰੰਤ ਮੌਕੇ 'ਤੇ ਕੀਤੀ ਗਈ ਹੈ। ਮੈਂ ਮੇਨ ਗੱਲ ਵੱਲ ਆਉਂਦਾ, ਤੁਹਾਡਾ ਸਮਾਂ ਕੀਮਤੀ ਹੋ ਕਿਉਂਕਿ ਮੇਰੇ ਵਰਗੇ ਆਉਂਦੇ ਜਾਂਦੇ ਰਹਿੰਦੇ ਨੇ ਤੁਸੀਂ, ਤੁਹਾਡਾ ਸਮਾਂ ਕੀਮਤੀ ਹੈ। ਕਹਿੰਦਾ ਆ ਪੈਸੇ ਦੀ ਉਸਾਰੀ ਨਿਯਮਾਂ ਅਧੀਨ ਕੀਤੀ ਗਈ ਹੈ ਅਤੇ ਪੈਸੇ ਦੀ ਉਸਾਰੀ ਤੋਂ ਬਾਅਦ ਬਚਦੀ ਜਗ੍ਹਾ ਮੇਰੇ ਵੱਲੋਂ ਗ੍ਰੀਨ ਬੈਲਟ ਬਣਾ ਦਿੱਤੀ ਗਈ ਹੈ। ਮਤਲਬ ਇਹਦੇ ਵੱਲੋਂ ਇਹ ਚੰਗਾ ਤਾਂ ਚੇਅਰਮੈਨ ਲੱਗਾ ਸੀਗਾ ਉਦੋਂ ਪੰਜਾਬ। ਅੱਛਾ ਅੱਗੇ ਕੀ ਕਹਿੰਦਾ, ਕਿਉਂ ਜੋ ਇਹ ਗ੍ਰੀਨ ਬੈਲਟ ਖੁੱਲ੍ਹੀ ਹੋਣ ਕਰਕੇ ਅਵਾਰਾ ਪਸ਼ੂ ਆ ਜਾਂਦੇ ਹਨ। ਇਹ ਕਿਹੜਾ ਮੈਜ਼ਨ ਦੇ ਜੰਗਲਾਂ 'ਚ ਰਹਿੰਦਾ ਵਾ ਵੀ ਅਵਾਰਾ ਪਸ਼ੂ ਇਹਦੇ ਘਰ ਦੇ ਬਾਹਰ ਹੀ ਆ ਜਾਂਦੇ ਹਨ। ਇਸ 'ਤੇ ਟੈਂਪਰੇਰੀ ਤੌਰ 'ਤੇ ਬਾਂਸਾਂ ਨਾਲ ਬਾਉਂਡਰੀ ਕੀਤੀ ਗਈ ਹੈ ਕਿ ਉਹਨੇ ਬਾਉਂਡਰੀ ਜਿਹੜੀ ਹੈ ਬਾਂਸਾਂ ਨਾਲ ਕੀਤੀ, ਪੱਕੀ ਨਹੀਂ ਕੀਤੀ। ਇਹ ਮੈਂ ਜਿਹੜਾ ਫੋਟੋ 'ਚ ਦਿਖਾਇਆ ਸ਼ਾਇਦ ਪਤਾ ਨਹੀਂ ਕੀ ਦਿਖਾ ਤਾ। ਉਕਤ ਸੰਬੰਧੀ ਮੇਰੇ ਵੱਲੋਂ ਕੀਤੀ ਗਈ ਉਸਾਰੀ ਦਾ ਮੌਕਾ ਚੈੱਕ ਕਰਵਾਇਆ ਜਾਵੇ, ਜੇਕਰ ਕੋਈ ਉਸਾਰੀ ਕੀਤੀ ਗਈ ਤਾਂ ਸੂਚਿਤ ਕੀਤਾ ਜਾਵੇ, ਮੈਂ ਉਸ ਮੁਤਾਬਿਕ ਕਰਾਂ। ਇਹ ਚੇਅਰਮੈਨ ਸਾਹਿਬ ਨੂੰ ਲਿਖਦਾ ਆ। ਅਤੇ ਚੇਅਰਮੈਨ ਸਾਹਿਬ ਤੁਹਾਨੂੰ ਪਤਾ ਹੀ ਉਦੋਂ ਕਿੱਡੇ ਇਮਾਨਦਾਰ ਚੇਅਰਮੈਨ ਸੀਗੇ ਸਾਡੇ ਸ਼ਹਿਰ ਦੇ, ਉਹ ਅੱਗੋਂ ਮਾਰਕ ਕਰਦੇ ਨੇ SC ਸਾਹਿਬ ਨੂੰ, SC ਸਾਹਿਬ, SDO ਸਾਹਿਬ ਨੂੰ, SDO ਸਾਹਿਬ, JE ਸਾਹਿਬ ਨੂੰ। ਹੁਣ JE ਸਾਹਿਬ ਜਿਹੜੇ ਨੇ ਮੌਕਾ ਵੇਖਣ ਜਾਂਦੇ ਨੇ। ਆਹ ਦੇਖਿਓ ਮੌਕੇ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਅਤੇ JE ਸਾਹਿਬ ਕੀ ਲਿਖਦੇ ਨੇ, ਇਸ ਸੰਬੰਧੀ ਮੌਕਾ ਵੇਖਿਆ ਗਿਆ। ਮੌਕੇ 'ਤੇ 97 ਏਕੜ ਵਿੱਚ ਪਲਾਟ D871 D872 ਦੇ ਸਾਹਮਣੇ ਚੌੜੀ ਸੜਕ ਦੇ ਨਾਲ ਕਾਫੀ ਜਗ੍ਹਾ ਬਚਦੀ ਹੈ, ਜਿਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਜਗ੍ਹਾ ਦਾ ਕੋਈ ਵੀ ਪਲਾਟ ਨਹੀਂ ਬਣ ਸਕਦਾ, ਨਾ ਹੀ ਇਹ ਜਗ੍ਹਾ ਕਿਸੇ ਲਾਟੀ ਨਾਲ ਲੱਗਦੀ ਹੈ ਜੋ ਲਾੜ ਕੀਤੀ ਜਾ ਸਕੇ। ਇਹ ਸਿਰਫ ਪਲਾਟ 871 ਅਤੇ 872 ਦੇ ਸਾਹਮਣੇ ਇਹਨਾਂ ਹੀ ਪਲਾਟਾਂ ਨੂੰ ਲੱਗਦੀ ਹੈ। ਇਸ ਪਲਾਟ ਦੇ ਲਾਟੀ ਵੱਲੋਂ ਕੋਈ ਵੀ ਪੱਕੀ ਉਸਾਰੀ ਨਹੀਂ ਕੀਤੀ ਗਈ ਹੈ। ਇਹ ਜਗ੍ਹਾ 'ਤੇ ਆਰਜ਼ੀ ਤੌਰ 'ਤੇ ਗ੍ਰੀਨ ਬੈਲਟ ਬਣਾਈ ਗਈ ਹੈ ਤਾਂ ਜੋ ਅਵਾਰਾ ਪਸ਼ੂ ਨਾ ਆ ਸਕਣ। ਸੋ ਤੁਹਾਡੇ ਲੋਕਾਂ ਦੀ ਜਿਹੜੀ ਕਰੋੜਾਂ ਦੀ ਜਗ੍ਹਾ ਇੰਪਰੂਵਮੈਂਟ ਟਰੱਸਟ ਦੀ, ਇਹ ਨੱਪ ਕੇ ਬੈਠਾ ਲਾਗੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਹੈ, ਉੱਥੇ ਲੋਕ ਜਿਹੜੇ ਨੇ ਉਹ ਦਰਸ਼ਨ ਕਰਨ ਲਈ ਜਿਹੜੇ ਜਾਂਦੇ ਨੇ, ਅਤੇ ਇਹ ਉਹਨਾਂ ਨਾਲ ਜਿਹੜਾ ਆ ਧੱਕਾ ਮੁੱਕੀ ਕਰਦਾ ਆ। ਦੇਖੋ ਇੰਪਰੂਵਮੈਂਟ ਟਰੱਸਟ ਨਿਊ ਅੰਮ੍ਰਿਤਸਰ ਦੇ ਵਿੱਚ ਕੁਛ ਸਮੇਂ ਪਹਿਲਾਂ
ਆਹ ਕਾਰਵਾਈ ਕਰਦੀ ਆ। ਲੋਕਾਂ ਨੂੰ ਲੋਕਾਂ ਦੇ ਘਰ ਤੋੜੇ ਜਾਂਦੇ ਨੇ ਬਾਹਰੋਂ ਜਿਹੜਾ ਕਬਜ਼ਾ ਕੀਤਾ, ਮੈਂ ਇਸ ਗੱਲ 'ਚ ਨਹੀਂ ਪੈਂਦਾ, ਪਰ ਬਰਾਬਰਤਾ ਹੋਣੀ ਚਾਹੀਦੀ ਆ। ਜੇ ਨਿਊ ਅੰਮ੍ਰਿਤਸਰ ਵਾਲੇ ਲੋਕਾਂ ਦੀ ਜਗ੍ਹਾ ਜਿਹੜੀ ਕਬਜ਼ਾ ਕੀਤਾ ਹੋਇਆ ਤੋੜਿਆ ਜਾ ਸਕਦਾ, ਤਾਂ ਫਿਰ ਇੱਥੇ ਕਿਉਂ ਨਹੀਂ? ਇੱਥੇ ਸਾਡੀਆਂ ਕੋਈ ਮਤਾਵਾਂ ਨਹੀਂ ਲਿਖਦੀਆਂ ਨੇ, ਰਸੂਖਦਾਰੋਂ ਕੀ ਵਾਰੀ ਆਈ ਤਾਂ ਟੀਮ ਨੇ ਕਾਰਵਾਈ ਰੋਕ ਦੀ। ਜਦੋਂ ਵੱਡੇ ਲੋਕਾਂ ਦੀ ਵਾਰੀ ਆਉਂਦੀ ਆ ਉਦੋਂ ਤਾਂ ਸਿਰਫ ਨਾਂ ਦੀ ਕਾਰਵਾਈ ਜਿਹੜੀ ਰਹਿ ਜਾਂਦੀ ਹੈ। ਇਹ ਤੁਹਾਡੇ ਸ਼ਹਿਰ ਦਾ ਸਮਾਜ ਸੇਵੀ ਜਿਹੜਾ ਕਹਿੰਦਾ ਵਾ ਮੈਂ ਸਮਾਜ ਸੇਵੀ ਹਾਂ, ਪਹਿਲਾਂ ਅਕਾਲੀ ਦਲ 'ਚ ਕੰਮ ਕੀਤਾ, ਉਹ ਤੋਂ ਪਹਿਲਾਂ ਕੈਰੋਂ ਸਾਹਿਬ ਨਾਲ, ਫਿਰ ਰਣੀਕੇ ਸਾਹਿਬ ਨਾਲ, ਫਿਰ ਮਜੀਠੀਆ ਸਾਹਿਬ ਨਾਲ, ਉਹ ਤੋਂ ਬਾਅਦ ਵਾਰੀ ਆਈ ਕੈਪਟਨ ਸਾਹਿਬ ਦੀ। ਅਤੇ ਕੈਪਟਨ ਸਾਹਿਬ ਦੇ ਮੈਂ ਬੜੀਆਂ ਜੁਆਇਨਿੰਗ ਵੇਖੀਆਂ, ਮੇਰੀ ਉਮਰ ਲੰਘ ਗਈ ਸਿਆਸਤ ਦੇ ਵਿੱਚ। ਆਹ ਕਰੀ, ਆਹ ਵੇਖੋ, ਆਹ ਜੁਆਇਨਿੰਗ ਵੇਖੋ, ਇਹ ਜੁਆਇਨਿੰਗ ਹੋ ਰਹੀ ਹੈ ਕਾਂਗਰਸ ਤੋਂ। ਕੈਪਟਨ ਅਮਰਿੰਦਰ ਸਿੰਘ ਜੀ ਇਹਨੂੰ 71 ਬਣਾਉਂਦੇ ਨੇ ਕਾਂਗਰਸ ਦਾ, ਠੀਕ ਹੈ ਜੀ। ਜਿਹੜਾ ਤਾਂ ਇਹਦੇ ਹਿਸਾਬ ਨਾਲ ਚੱਲਦਾ ਜਾਵੇ ਫਿਰ ਉਹ ਤਾਂ ਕੰਮ ਠੀਕ ਹੈ। ਜਦੋਂ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ, ਆ ਕਿਸੇ ਚੈਨਲ ਦੇ ਵਿੱਚ ਕਹਿ ਰਿਹਾ ਪੰਜਾਬ 'ਚ ਘਟੀ 90% ਕਰਪਸ਼ਨ। ਦੇਖੋ ਕਰਪਸ਼ਨ ਜਿਹੜੀ ਆ ਕਹਿੰਦਾ ਘੱਟ ਗਈ ਹੈ 90%, ਸਿਫਤ ਕਰ ਰਿਹਾ ਮੁੱਖ ਮੰਤਰੀ ਸਾਹਿਬ ਦੀ, ਬੜੀ ਸਿਫਤ ਕਰਦਾ। ਫਿਰ ਇਹਨਾਂ ਨੂੰ ਮਿਲਦਾ ਆ 16 ਨਵੰਬਰ 2023 'ਚ ਮੀਟਿੰਗ ਹੁੰਦੀ ਹੈ, ਗੱਲ ਚੱਲਦੀ ਹੈ ਕਿ ਸਾਨੂੰ MP ਬਣਾ ਦਿਓ, MP ਬਣਾ ਦੋਗੇ ਤਾਂ ਅਸੀਂ ਤੁਹਾਡੇ ਹੀ ਹਾਂ ਅਤੇ ਸਿਫਤਾਂ ਕਰਦੇ ਜਾਵਾਂਗੇ। ਜਦੋਂ MP ਦੀ ਟਿਕਟ ਨਹੀਂ ਮਿਲਦੀ ਫਿਰ ਆ ਜਾਂਦਾ ਆ, ਆਹ ਸਾਰੀਆਂ ਇਹਦੀ ਫੇਸਬੁੱਕ 'ਤੇ ਤੁਹਾਨੂੰ ਮਿਲ ਜਾਣਗੀਆਂ, ਮਾਨ ਸੌ ਅਸਤੀਫਾ ਦਿਓ, ਆਪਣੀ ਪਾਰਟੀ ਦੇ ਪ੍ਰਤੀ ਕਿੰਨੇ ਕੁ ਵਫ਼ਾਦਾਰ। ਇਹਦਾ ਕੰਮ ਕੀ ਆ ਕਿ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਪੈਸੇ ਲੈਣਾ, ਆਪਦੀ ਪ੍ਰੋਪਰਟੀ ਬਣਾਉਣਾ। ਜਿਹੜੀ ਸਰਕਾਰ ਆਵੇ ਪਹਿਲਾਂ ਉਹਦੇ ਸੋਹਲੇ ਗਾਣੇ ਕਿ ਸ਼ਾਇਦ ਮੈਨੂੰ ਟਿਕਟ ਦੇ ਦੇਣਗੇ, ਅਤੇ ਜਦੋਂ ਟਿਕਟ ਨਹੀਂ ਮਿਲਦੀ ਚੋਣ ਲੰਘ ਜਾਂਦੀ ਹੈ, ਫਿਰ ਉਹੀ ਮੁੱਖ ਮੰਤਰੀ, ਉਹੀ ਮੰਤਰੀ, ਉਹੀ ਸਰਕਾਰ ਜਿਹੜੀ ਆ ਮਾੜੀ ਹੋ ਜਾਂਦੀ ਆ, ਅਤੇ ਫਿਰ ਉਹਦੇ ਅਗੇਂਸਟ ਜਿਹੜਾ ਆ ਬੋਲਣਾ ਸ਼ੁਰੂ ਕਰ ਦਿੰਦਾ। ਮੈਂ ਇਹ ਆਪਣਿਆਂ ਨੂੰ ਕਹਿੰਦਾ ਮੈਂ ਸਮਾਜ ਸੇਵੀ ਹਾਂ। ਸਮਾਜ ਸੇਵੀ ਇੱਦਾਂ ਦੇ ਹੁੰਦੇ ਨੇ, ਗੁਰੂ ਘਰ ਦੀ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਇਸ ਨਗਰੀ ਨੂੰ ਵਸਾਇਆ, ਵੱਖ ਵੱਖ ਲੋਕ ਆ ਕੇ ਇੱਥੇ ਰਹਿਣ ਲੱਗੇ, ਉਹਨਾਂ ਦੇ ਵਾਰਸ ਜਿਹੜੇ ਇਸ ਗੁਰੂ ਨਗਰੀ ਦਾ ਉਹਨਾਂ ਨੇ ਸ਼ਿੰਗਾਰ ਕੀਤਾ, ਡਿਵੈਲਪਮੈਂਟ ਕੀਤੀ, ਬਹੁਤ ਛੋਟਾ ਜਿਹਾ ਇੰਨਾ ਕੁ। ਅਤੇ ਮਨਦੀਪ ਸਿੰਘ ਮੰਨਾ ਵੱਡੀਆਂ ਗੱਲਾਂ ਨੇ, ਅਸੀਂ ਉਹਨੂੰ ਕਦੀ ਕੁਛ ਕਹਿਣਾ ਨਹੀਂ। ਦੇਖੋ ਮੈਨੂੰ ਮੇਰਾ ਮੁੱਖ ਮਕਸਦ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਜਾਤ ਦਿਵਾਉਣਾ ਆ, ਅਤੇ ਮੈਂ ਉਹਦੇ ਵਿੱਚ ਲੱਗਾ ਹੋਇਆ। ਬੇਸ਼ੱਕ ਮੈਨੂੰ ਵੀ ਕਈ ਗਲਤ ਕਹਿਣਗੇ, ਮੈਂ ਇਹਦੇ ਉਹਨਾਂ ਨਾਲ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ। ਮੈਂ ਪਹਿਲਾਂ ਡਰਦਾ ਸੀਗਾ, ਚੁੱਪ ਕਰਦਾ ਰਿਹਾ, ਪਹਿਲਾਂ ਵੀ ਚੁੱਪ ਕਰਾ ਲਿਆ ਗਿਆ, ਮੈਂ ਇਸ ਗੱਲ ਨੂੰ ਅਕਸੈਪਟ ਕਰਦਾ ਹਾਂ। ਪਰ ਜੇ ਮੈਂ ਕੋਈ ਕਰਪਸ਼ਨ ਦਾ ਕੋਈ ਪੈਸਾ ਮੇਰੇ ਘਰ ਆਇਆ ਆ, ਅਤੇ ਪਰਮਾਤਮਾ ਉਹ ਮੇਰੀ ਬਿਮਾਰੀ 'ਤੇ ਲਾ ਦੇ, ਇਸ ਤੋਂ ਵੱਧ ਹੋਰ ਮੈਂ ਕੀ ਕਹਾਂ। ਇੱਕ ਰੁਪਈਆ ਵੀ ਅਗਰ ਇਹਦਾ ਮੈਂ ਰਵਾਦਾਰ ਹਾਂ। ਕਿੰਨੇ ਕੁ ਲੋਕ ਪੀੜਤ ਹੈਗੇ? ਪੀੜਤ ਪੂਰਾ ਸ਼ਹਿਰ ਆ ਜੀ, ਬੋਲਦਾ ਕੋਈ ਆ? ਹਾਂਜੀ, ਆਉਂਦਾ ਕਿਉਂ? ਵੇਖੋ ਉਹਨਾਂ ਨਾਲ ਗੱਲ ਕੀਤੀ, ਮੈਂ ਸਾਰਿਆਂ ਨੂੰ ਲੈ ਕੇ ਆਵਾਂਗੇ। ਵਾਰ ਵਾਰੀ ਲੋਕ ਬੋਲਣਾ ਸ਼ੁਰੂ ਹੋਣਗੇ, ਲੋਕਾਂ ਨੂੰ ਪਹਿਲਾਂ ਆ ਸੀਗੀ ਕਦੇ ਫਿਰ ਨਾ ਕਿਤੇ ਉਹਨੂੰ ਕੰਟਰੋਲ ਕਰ ਲਏ, ਫਿਰ ਜਦੋਂ ਲੰਬਾ ਸਮਾਂ ਚੱਲਿਆ ਲੋਕ ਬੋਲਣਾ ਸ਼ੁਰੂ ਹੋਏ, ਲੋਕ ਮਿਲਣਾ ਸ਼ੁਰੂ ਹੋਏ। ਮੈਨੂੰ ਇਹਦੇ ਘਰ ਦੇ ਲਾਗੇ ਕੁਛ ਲੋਕ ਮਿਲੇ, ਕਹਿੰਦੇ ਜੀ ਇੱਥੇ ਕੋਈ ਵਪਾਰ ਕਰਨ ਲੱਗਦੇ, ਕਹਿੰਦਾ ਮੈਂ ਕਰਨ ਨਹੀਂ ਦੇਣਾ। ਵੀ ਇਹ ਰਣਜੀਤ ਐਵਨਿਊ ਕਿ ਇੰਦਰਜੀਤ ਐਵਨਿਊ ਆ, ਇਹ ਮਤਲਬ ਉਹਦੇ ਪਰਿਵਾਰ ਦੀ ਥੋੜ੍ਹੀ ਆ। ਜਿਹੜਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਇਹਦੇ ਘਰ ਲੱਗੇ ਅਤੇ ਇਹ ਡੱਕਦਾ ਆ। ਹੁਣ ਕਾਗਜ਼ ਪੱਤਰ ਪੂਰੇ ਰੱਖੋ, ਵੇਖਿਓ ਡੱਕ ਕੇ ਵਿਖਾਵੇ ਜਰਾ। ਇਹ ਜਿਹੜੀਆਂ ਇਹਦੀਆਂ ਕੰਮ ਕੁੰਮ ਚੱਲਣੇ ਸੀ ਉਹ ਬੰਦ ਹੋ ਗਏ ਨੇ। ਹੁਣ ਲੋਕਾਂ ਨੂੰ ਇਨਸਾਫ ਦਵਾਵਾਂਗੇ, ਜਿਨ੍ਹਾਂ ਨਾਲ ਧੱਕੇ ਹੋਏ ਨੇ ਉਹ 'ਤੇ ਬਣਦੀ ਕਾਰਵਾਈ ਕਰਵਾਵਾਂਗੇ। ਜਿਨ੍ਹਾਂ ਨਾਲ ਜਿੱਦਾਂ ਇਹਨੇ ਲੋਕਾਂ ਨੂੰ ਲੁੱਟਿਆ ਆ ਉਹ 'ਤੇ ਬਣਦੀ ਕਾਰਵਾਈ ਹੋਏਗੀ।
ਅਤੇ ਲੋਕ ਜਿਹੜੇ ਨੇ ਇੰਡੀਪੈਂਡੈਂਟ ਹੋ ਕੇ ਇੱਥੇ ਜਿਹੜਾ ਆ ਉਹ ਕੰਮ ਕਰ ਸਕਣਗੇ। ਮੇਰੀ ਅੰਮ੍ਰਿਤਸਰ ਦੇ ਲੋਕਾਂ ਨੂੰ ਵੀ ਬੇਨਤੀ ਆ, ਅਸੀਂ ਅੱਜ ਗੱਲ ਕਰਦੇ ਹਾਂ, ਬੱਚੇ ਛੱਡ ਕੇ ਚਲੇ ਗਏ ਬਾਹਰ ਜਾਂਦੇ ਨੇ, ਜਦੋਂ ਕਾਰੋਬਾਰ ਕਰਨ ਲੱਗੇ ਇੱਕ ਮੰਨਾ ਟੈਕਸ ਨਾਲ ਲਿਖਣਾ ਪੈਣਾ ਵਾ ਕਿ ਜੇ ਤੁਸੀਂ ਦਫ਼ਤਰ ਖੋਲ੍ਹਣਾ ਵਾ ਤਾਂ ਤੁਹਾਨੂੰ ਇੱਕ ਉੱਥੇ ਉਹ ਕਰਨਾ ਪੈਣਾ ਆ, ਨਾਲ ਮੰਨੇ ਨੂੰ ਪੈਸੇ ਦੇਣੇ ਪੈਣੇ ਆ। ਅਤੇ ਤੁਸੀਂ ਇਸ ਗੱਲ ਦੀ ਆਵਾਜ਼ ਨਹੀਂ ਚੁੱਕੋਗੇ ਤਾਂ ਫਿਰ ਬੱਚੇ ਪੰਜਾਬ ਛੱਡ ਕੇ ਜਾਣਗੇ। ਚਲੋ ਮੈਂ ਕੁਛ ਨਹੀਂ ਗਾ, ਮੈਂ ਆਪਣੀ ਆਵਾਜ਼ 'ਤੇ ਰੱਖ ਰਿਹਾ ਹਾਂ, ਭਾਵੇਂ ਇੰਨੇ ਸਾਲ ਦੱਬਿਆ ਰਿਹਾ ਪਰ ਆਪਣੀ ਗੱਲ ਰੱਖ ਰਿਹਾ ਹਾਂ, ਅਤੇ ਮੈਂ ਤੁਹਾਡਾ ਧੰਨਵਾਦੀ ਹਾਂ, ਲੰਬਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਨੇ ਆਪਣੇ ਸਾਥੀਆਂ ਦੇ ਨਾਲ, ਅਤੇ ਉਹਨਾਂ ਨੇ ਉਹ ਕੁਛ ਸ਼ਿਕਾਇਤ ਕਰ ਰਹੇ ਨੇ ਕਿ ਮਨਦੀਪ ਸਿੰਘ ਮੰਨਾ ਜੀ ਦਾ ਕੋਈ ਜਿਹੜਾ ਜਿੱਥੇ ਰੈਜੀਡੈਂਸ ਹੈ ਉਹਨਾਂ ਨੇ ਗ੍ਰੀਨ ਬੈਲਟ ਦਾ ਏਰੀਆ ਜਾਂ ਸੜਕ ਦਾ ਏਰੀਆ, ਮੈਨੂੰ ਨਹੀਂ ਹਲੇ ਉਹ ਪਲਾਨ 'ਚ ਪਤਾ ਲੱਗੇਗਾ ਕਿ ਕਵਰ ਕੀਤਾ ਹੈਗਾ, ਅਤੇ ਫੋਟੋਗ੍ਰਾਫੀ ਵੀ ਦਿਖਾ ਰਹੇ ਹੈਗੇ, ਦਿਖਾਈਆਂ ਹੈਗੀਆਂ, ਤੋ ਮੈਂ ਆਪਣੇ ਪਲਾਨ ਦੇ ਵਿੱਚ ਦੇਖ ਲਵਾਂਗਾ ਐਕਚੁਅਲੀ ਉਹਦੀ ਸਥਿਤੀ ਕੀ ਹੈ, ਗ੍ਰੀਨ ਬੈਲਟ ਹੈ ਜਾਂ ਸੜਕ ਹੈਗੀ ਹੈ। ਜੇ ਸੜਕ ਦਾ ਹਿੱਸਾ ਹੈ ਤਾਂ ਸੜਕ ਦਾ ਹਿੱਸਾ ਹੀ ਰਹੇਗਾ, ਜੇ ਗ੍ਰੀਨ ਬੈਲਟ ਹੈ ਤਾਂ ਗ੍ਰੀਨ ਬੈਲਟ ਦਾ ਹਿੱਸਾ ਹੀ ਰਹੇਗਾ। ਇਹਨੂੰ ਮੈਨੂੰ ਇਨਕੁਆਇਰ ਕਰ ਲੈਣ ਦਿਓ, ਤੈਅ ਤੱਕ ਜਾਣ ਦਿਓ ਮੈਟਰ ਨੂੰ, ਮੇਰੇ ਧਿਆਨ 'ਚ ਅੱਜ ਲੈ ਕੇ ਆਏ ਹੋ, ਅਤੇ ਦੇਖਾਂਗੇ ਇਹਨੂੰ ਕਰਾਂਗੇ। ਸਰ ਕਾਫੀ ਪੁਰਾਣਾ ਮੈਟਰ ਹੈਗਾ, ਕਾਫੀ ਸਮੇਂ ਤੋਂ ਇਸ ਦਾ ਕਾਫੀ ਬਵਾਲ ਹੋ ਰਿਹਾ, ਬਵਾਲ ਹੋ ਰਿਹਾ, ਕਾਫੀ ਪੁਰਾਣਾ ਮੈਟਰ ਹੈ। ਮੇਰੇ ਕੋਲ ਐਸਾ ਨਹੀਂ ਹੈ ਕਿ ਟਰੱਸਟ 'ਚ ਅੱਜ ਤੱਕ ਕੋਈ ਲੈਟਰ ਆਈ ਹੋਵੇ, ਮੇਰੇ ਨੌਲੇਜ 'ਚ ਨਹੀਂ ਹੈ, ਮੇਰੇ ਟੈਨੂਅਰ 'ਚ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਅੱਜ ਤੱਕ, ਠੀਕ ਹੈ। ਤਾਂ ਉਸ ਤੋਂ ਪਹਿਲਾਂ ਵੀ ਮੈਟਰ ਜਿਹੜਾ ਦਿਖਾਈ ਦੇ ਰਿਹਾ ਅੱਜ ਦੇ ਨਹੀਂ ਹੈਗੇ, ਬਹੁਤ ਪੁਰਾਣੇ ਮੈਟਰ ਹੋਣਗੇ, ਮੇਰਾ ਖਿਆਲ 8-10 ਸਾਲ ਪੁਰਾਣੇ ਮੈਟਰ ਹੋਣਗੇ, ਤੋ ਪਹਿਲਾਂ ਵੀ ਕਿਸੇ ਨੇ ਸ਼ਿਕਾਇਤ ਦਰਜ ਮੇਰਾ ਖਿਆਲ ਹੈ ਕਿ ਸ਼ਾਇਦ ਨਹੀਂ ਕਰਾਈ ਹੈ। ਸ਼ਿਕਾਇਤ ਨਹੀਂ ਹੈ ਪਰ ਟਰੱਸਟ ਦੀ ਨਜ਼ਰ 'ਤੇ ਨਹੀਂ ਆਈ ਹੈ, ਨਜ਼ਰ 'ਤੇ ਹੋਣੀ ਚਾਹੀਦੀ ਹੈ ਟਰੱਸਟ ਦੀ, ਮੈਂ ਕਿਹਾ ਟਰੱਸਟ ਦੀ ਨਜ਼ਰ ਨਹੀਂ ਆਈ, ਟਰੱਸਟ ਦੀ ਆਪਣੇ ਵੱਲੋਂ ਧਿਆਨ ਕਿਉਂ ਨਹੀਂ ਦੇ ਰਹੇ, ਕਿਉਂ ਨਹੀਂ ਜਾ ਰਹੀ? ਟਰੱਸਟ ਦਾ ਵੀ ਧਿਆਨ ਜਾਣਾ ਚਾਹੀਦਾ, ਡੈਫੀਨੇਟਲੀ ਜਾਣਾ ਚਾਹੀਦਾ ਹੈਗਾ। ਪ੍ਰਾਈਮ ਏਰੀਆ ਹੈਗਾ, ਮੈਂ ਕਹਿ ਰਿਹਾ ਨਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ, ਐਵਰੀ ਸਿਟੀਜ਼ਨ ਅੰਮ੍ਰਿਤਸਰ ਰਣਜੀਤ ਐਵੀਨਿਊ ਦੇ ਏ ਬਲਾਕ ਬੀ ਸੀ ਡੀ ਤਾਂ ਹੋਏ, ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ। ਅੱਜ ਤੁਸੀਂ ਧਿਆਨ 'ਚ ਲੈ ਆਉਂਦਾ ਹੈਗਾ, ਜੋ ਵੀ ਇਨਵੈਸਟੀਗੇਟ ਕਰਕੇ ਬਣਦੀ ਕਾਰਵਾਈ ਹੈ ਉਹ ਕਰਾਂਗੇ। ਤੁਸੀਂ ਤਾਂ 10 ਸਾਲ ਇੰਤਜ਼ਾਰ ਕੀਤਾ, 10 ਸਾਲ ਤੋਂ ਪੁਰਾਣਾ ਮੈਟਰ ਹੈਗਾ, ਤੁਸੀਂ ਅੱਜ ਮੇਰੇ ਧਿਆਨ 'ਚ ਲਿਆਂਦਾ, ਕਰਾਂਗੇ ਇਹਨੂੰ ਮਸਲੇ ਨੂੰ ਹੱਲ ਕਰਾਂਗੇ। ਨਹੀਂ ਕਰਾਂਗੇ, ਜਲਦੀ ਕਰਾਂਗੇ, ਮੈਂ ਤੁਹਾਨੂੰ ਬਿਲਕੁਲ ਰਾਈਟ ਡੇਟ ਨਹੀਂ ਦੇ ਸਕਦਾ ਕਿ 1 ਤਰੀਕ ਤੱਕ ਮੈਂ ਹੱਲ ਕਰ ਦੇਵਾਂਗਾ, ਲੇਕਿਨ ਬਹੁਤ ਜਲਦੀ ਇਸ ਮਾਮਲੇ ਨੂੰ ਹੱਲ ਕਰਾਂਗਾ।